ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube Facebook ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਦੀ ਜਿਹੜੀ ਲੋੜ ਹੈ ਤੇ ਇਹਦੇ ਸਬੰਧ ਵਿੱਚ ਵੱਖ-ਵੱਖ ਸਬਜੈਕਟਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਕਿੰਨੀਆਂ ਪੋਸਟਾਂ ਨੇ ਕਿੱਥੇ ਇਹ ਪੋਸਟਾਂ ਆਈਆਂ ਨੇ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਵੱਲੋਂ ਡੀਨ ਅਕਰਦੇਕਮ ਇੱਕ ਅਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤੀ ਗਈ ਪ੍ਰਵਾਨਗੀ ਦੇ ਅਨੁਸਾਰ ਸੈਸ਼ਨ 2024-25 ਲਈ ਵੱਖ-ਵੱਖ ਵਿਸ਼ਿਆਂ ਜੀ ਦੇ ਵਿੱਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਨੂੰ ਪੜ੍ਹਾਉਣ ਹਿਤ ਪੀਟੀਏ ਵੇਸਰ ਅਧਿਆਪਕ ਰੱਖਣ ਲਈ ਯੋਗੀ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਦੇ ਅਨੁਸਾਰ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਚਾਹਵਣ ਉਮੀਦਵਾਰ ਆਪਣੇ ਵਿਦਿਆਕ ਯੋਗਤਾ ਸਰਟੀਫਿਕੇਟ ਬਿਨੇ ਪੱਤਰ ਮਿਤੀ 18-10 ਦੀ ਥਾਂ ਤੇ 22-10-2024 ਤੱਕ ਇਹ ਡੇਟ ਜਿਹੜੀ ਅੱਗੇ ਬਧਾਈ ਗਈ ਆ ਪੰਚਾਇਤੀ ਚੋਣਾ ਕਰਕੇ ਹੈ ਪਹਿਲਾ ਲਾਸਟ ਡੇਟ ਇਹਦੀ 18 ਸੀ ਤਾਂ ਹੁਣ 22 ਤਰੀਕ ਤੱਕ ਜਿਹੜੇ ਕਾਲਜ ਦੇ ਵਿੱਚ ਦਸਤੀ ਰੂਪ ਵਿੱਚ ਜਮਾ ਕਰਵਾ ਸਕਦੇ ਹੋ ਇਸ ਉਪਰੰਤ ਪ੍ਰਾਪਤ ਜੋ ਵੀ ਬਿਨੇ ਪੱਤਰ ਹੋਣਗੇ ਤਾਂ ਉਮੀਦਵਾਰਾਂ ਦੀ ਸ਼ਾਰਟ ਲਿਸਟਿੰਗ ਜਿਹੜੀ ਕੀਤੀ ਜਾਊਗੀ ਤਾਂ ਇਹਦੇ ਵਿੱਚ ਵਿਸ਼ਾ ਪਹਿਲਾ ਫਿਜ਼ਿਕਸ ਇਹਦੀ ਇੱਕ ਪੋਸਟ ਹੈ ਧਰਮ ਅਧਿਐਨ ਇਹਦੀ ਇੱਕ ਪੋਸਟ ਹੈ ਫਾਈਨ ਆਰਟਸ ਇਹਦੀ ਇੱਕ ਪੋਸਟ ਹੈ ਸਾਈਕੋਲੋਜੀ ਇਹਦੀ ਇੱਕ ਪੋਸਟ ਹੈ ਜਿਓਗ੍ਰਾਫੀ ਇੱਕ ਪੋਸਟ ਹੈ ਕੈਮਿਸਟਰੀ ਇੱਕ ਪੋਸਟ ਹੈ ਅੰਗਰੇਜ਼ੀ ਦੀਆਂ ਦੋ ਪੋਸਟਾਂ ਨੇ ਉਪਰੋਕਤ ਅਸਾਮੀਆਂ ਨਰੋਲ ਆਰਜੀ ਤੌਰ ਤੇ ਇੱਕ ਸੈਸ਼ਨ ਸਮੈਸਟਰ ਲਈ ਹੋਣਗੀਆਂ ਇੰਟਰਵਿਊ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਕੋਈ ٹی ਏ ਡੀ ਏ ਨਹੀਂ ਦਿੱਤਾ ਜਾਵੇਗਾ ਕਾਰਜ ਦੀ ਲੋਡ ਅਨੁਸਾਰ ਅਸਾਮੀ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ ਅਧੂਰੇ ਅਤੇ ਲੇਟ ਹੋਏ ਬਿਨੇ ਪੱਤਰ ਜਿਹੜੇ ਉਹ ਨਹੀਂ ਵਿਚਾਰੇ ਜਾਣਗੇ ਸਿਲੈਕਟ ਹੋਏ ਅਧਿਆਪਕਾਂ ਨੂੰ ਲੈਕਚਰ ਲਗਾਉਣ ਤੋਂ ਇਲਾਵਾ ਹੋਰ ਅਕਾਦਮਿਕ ਅਤੇ ਸਹਾਇਕ ਅਕਾਦਮਿਕ ਕਾਰਜ ਜਿਹੜੇ ਦਿੱਤੇ ਜਾ ਸਕਦੇ ਹੈ ਇੰਟਰਵਿਊ ਦੀ ਮਿਤੀ ਅਤੇ ਸਥਾਨ ਸਬੰਧੀ ਵੱਖਰੇ ਤੌਰ ਤੇ ਉਮੀਦਵਾਰ ਨੂੰ ਸੂਚਿਤ ਹੈ ਜਿਹੜਾ ਕੀਤਾ ਜਾਊਗਾ ਤਾਂ ਦਿਨ ਥੋੜੇ ਬਚੇ ਐ 22 ਤਰੀਕ ਤੱਕ ਅਗਰ ਤੁਸੀਂ ਇੰਟਰਸਟਿਡ ਹੋ ਇਸ ਕਾਲਜ ਦੇ ਨਜ਼ਰੋਂ ਇਸ ਜ਼ਿਲ੍ਹੇ ਦੇ ਵਿੱਚ ਆਉਂਦੇ ਹਾਂ ਤਾਂ ਤੁਸੀਂ ਇੱਥੇ ਇੰਟਰਵਿਊ ਜਿਹੜੀ ਦੇ ਸਕਦੇ ਹੋ ਇਹ ਸਬਜੈਕਟ ਆਈਡ 7 ਇਹਨਾਂ ਨੇ ਦਿੱਤੇ ਨੇ ਸੋ ਬਾਕੀਆਂ ਨਾਲ ਵੀ ਜਾਣਕਾਰੀ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਬਾਕੀ ਅੱਗੇ ਜੋ ਅਪਡੇਟਸ ਆਉਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ